اے اللہ ہم تیری ہی عبادت کرتے ہیں اور تجھ سے مدد مانگتے ہیں۔ آواز کی دنیا کے دوستوں السلام علیکم، میرا اینیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ تے نال ہی لگے ہوئے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں ویرے تک سب تو پہلے پہنچے۔ جناب میری دعا ہے میرے دوست ویر، میرے سبسکرائبر اور میرا اینیمل ٹی وی دے نال پیار کرن والے جتھے بھی وس رہے ہیں، خوش وس رہے ہیں، اللہ تعالیٰ دی ٹیر رحمتاں نازل ہو رہی ہیں۔ جناب اج دوستاں ویرے دی خدمت دے وچ ਭਾਈ ਸਾਹਿਬ ਦਾ ਜਾਨਵਰ ਲੈ ਕੇ ਹਾਜ਼ਰ ਹੋਇਆ। ਇੱਕ ਦਿਨ ਪਹਿਲੇ ਲਗਾਇਆ ਸੀ, ਘਰੇਲੂ ਜਾਨਵਰ ਸੀ, ਸਾਫ਼ ਸੁਥਰੀ ਗਾਏ ਸੀ, ਗਾਏ ਵੀ ਦਿਖਾਵਾਂਗੇ। ਗਾਏ ਨੂੰ ਦੋਸਤਾਂ ਵੀਰਾਂ ਨੇ ਢੇਰ ਪਿਆਰ ਦਿੱਤਾ, ਢੇਰ ਵਾਸ ਟਾਈਮ ਮਿਲਿਆ ਸੀ ਗਾਏ ਨੂੰ, ਬੜਾ ਲੋਕਾਂ ਨੇ ਗਾਏ ਨੂੰ ਪਸੰਦੀਦਗੀ ਦੇ ਨਾਲ ਵੇਖਿਆ ਜਨਾਬ, ਕਿਉਂਕਿ ਗਾਏ ਬਹੁਤ ਚੰਗੀ ਸੀ। ਭਾਈ ਸਾਹਿਬ ਦਾ ਜਾਨਵਰ ਸੀ, ਘਰੇਲੂ ਜਾਨਵਰ ਸੀ ਅਤੇ ਸਾਫ਼ ਸੁਥਰੀ ਅਤੇ ਸੁੱਚੀ ਅਤੇ ਖਰੀ ਸੀ। ਬਾਕੀ ਦੋਸਤਾਂ ਨੂੰ ਦੱਸੀਏ, ਅੱਜ ਦੀ ਵੀਡੀਓ ਲੋਡਿੰਗ ਦੀ ਵੀਡੀਓ ਹੈ, ਵਾਇਸ ਸਬਸਕ੍ਰਾਈਬਰ ਦੀ ਵੀਡੀਓ ਹੈ, ਲੋਡ ਕਰਕੇ ਅਤੇ ਭੇਜਣ ਲੱਗੇ ਹਾਂ। ਤਹਿਸੀਲ ਫਾਲੀਆ ਗੁਜਰਾਤ, ਜ਼ਿਲ੍ਹਾ ਗੁਜਰਾਤ, ਮੇਰੇ ਬੜੇ ਹੀ ਪਿਆਰੇ ਦੋਸਤ ਨੇ, ਮੇਰੇ ਸਬਸਕ੍ਰਾਈਬਰ ਨੇ, ਮੁਹੰਮਦ ਇਮਰਾਨ ਸਾਹਿਬ ਅਗਰ ਮੇਰੀ ਆਵਾਜ਼ ਸੁਣਦੇ ਪਏ ਨੇ ਤਾਂ ਸਭ ਤੋਂ ਪਹਿਲੇ ਉਹਨਾਂ ਨੂੰ ਜਨਾਬ ਪਿਆਰ ਭਰਾ ਸਾਡਾ ਸਲਾਮ। ਜਨਾਬ ਦੋਸਤਾਂ ਨੂੰ ਦੱਸਦੇ ਜਾਈਏ, ਅੱਲਾ ਦੇ ਫਜ਼ਲ ਦੇ ਨਾਲ ਅਗਰ ਦੋਸਤ ਵੀਰ ਇਤਮਾਦ ਕਰਦੇ ਨੇ ਤਾਂ ਦੋਸਤਾਂ ਵੀਰਾਂ ਦੇ ਇਤਮਾਦ ਨੂੰ ਠੇਸ ਨਹੀਂ ਪਹੁੰਚਾਈਦੀ। ਮੇਰਾ ਐਨੀਮਲ ਟੀ ਵੀ ਪੰਜਾਬ ਦਾ ਵਾਹਦ ਚੈਨਲ ਹੈ ਜਿਹੜਾ ਅੱਲਾ ਦੇ ਫਜ਼ਲ ਦੇ ਨਾਲ ਅਤਮਾਦ ਵਾਲਾ, ਗਰੰਟੀ ਵਾਲਾ, ਭਰੋਸੇ ਵਾਲਾ ਚੈਨਲ ਹੈ। ਬਾਕੀ ਦੋਸਤਾਂ ਨੂੰ ਦੱਸੀਦਾ, ਜਿੰਨੇ ਵੀ ਲੋਕ ਤੁਹਾਡੇ ਵੀਰ ਮੁਹੰਮਦ ਅਫਜ਼ਲ ਦੀ ਕਾਪੀ ਕਰਦੇ ਨੇ, ਮੇਰਾ ਐਨੀਮਲ ਟੀ ਵੀ ਦੀ ਕਾਪੀ ਕਰਦੇ ਨੇ, ਉਹਨਾਂ ਤੋਂ ਬਚਣਾ ਹੈ। ਕਾਪੀ ਕਰਨ ਵਾਲੇ ਤੋਂ ਬਚਣਾ ਹੈ, ਜਿਹੜੇ ਵੀ ਲੋਕ ਕਾਪੀ ਕਰਦੇ ਨੇ। ਅਤੇ ਆਪਣੀ ਗਰੰਟੀ ਦੇਵਾਂਗੇ ਅਸੀਂ ਜਨਾਬ, ਆਪਣੀ ਜ਼ਾਤ ਦੀ ਗਰੰਟੀ ਦੇਵਾਂਗੇ, ਮੇਰਾ ਐਨੀਮਲ ਟੀ ਵੀ ਦੀ ਗਰੰਟੀ ਦੇਵਾਂਗੇ। ਬਾਕੀ ਸਹੀਦ ਭਾਈ ਦੀ ਜ਼ੁਬਾਨੀ ਸੁਣਾ ਦਿੰਦੇ ਹਾਂ ਭਾਈ ਇਮਰਾਨ ਨੂੰ ਕਿ ਭਾਈ ਇਮਰਾਨ ਨੇ ਜਿਹੜੀ ਗਾਏ ਲਈ ਹੈ ਉਹ ਕੈਸੀ ਹੈ, ਭਾਈ ਸਹੀਦ ਖੁਦ ਦੱਸੇਗਾ। ਜੀ ਸਹੀਦ ਭਾਈ, ਗਾਏ ਦੇ ਬਾਰੇ ਦੱਸੋ। ਗਾਂ ਬਹੁਤ ਚੰਗੀ ਹੈ, ਹਾਂਜੀ, ਖਿਦਮਤ ਕਰੇਗਾ ਗਾਂ ਦਾ ਦੁੱਧ ਜਿਹੜਾ ਹੈਗਾ ਨਾ 16 ਕਿਲੋ ਜਿਹੜਾ ਆਖਿਆ ਉਹ ਯਾਰ ਦੁੱਧ ਹੁੰਦਾ ਪਾਏ ਦਾ, ਪਰ ਜੋ ਗਾਏ ਨਜ਼ਰਾਂ ਦੀ ਵੀ ਜਿੰਨਾ ਪਾਵੇਗਾ ਉਹਨਾਂ ਲਵੇਗਾ, ਉਵੇਂ ਵੇਲਣਾ ਕੋਲੂਏ ਗਾਏ। ਮਾਸ਼ਾਅੱਲਾ, ਔਰ ਘਰੇਲੂ ਜਾਨਵਰ, ਸਾਫ਼ ਸੁਥਰਾ ਜਾਨਵਰ। ਔਰ ਦੋਸਤਾਂ ਨੂੰ ਦੱਸਦੇ ਜਾਈਏ, ਸਹੀਦ ਭਾਈ ਦਾ ਜਾਨਵਰ ਜਦੋਂ ਮੇਰਾ ਐਨੀਮਲ ਟੀ ਵੀ 'ਤੇ ਲੱਗੇ ਅਤੇ ਅੱਲਾ ਦੇ ਫਜ਼ਲ ਦੇ ਨਾਲ ਅੱਖਾਂ ਬੰਦ ਕਰਕੇ ਲੈ ਲੈਣਾ, ਇਹ ਮੇਰੀ ਗੱਲ ਜ਼ਿਹਨ 'ਚ ਰੱਖਣੀ ਹੈ। ਬਾਕੀ ਗਾਏ ਦਾ ਆ ਦਿੰਦੇ ਹਾਂ ਅਤੇ ਲੋਡ ਕਰਨੇ ਆ, ਨਾਲ ਨਾਲ ਗੱਲਾਂ ਵੀ ਸ਼ੇਅਰ ਕਰਨੇ ਦਾ। ਹਾਓ ਜੀ, ਇਹ ਜਨਾਬ ਗਾਏ ਸੀ, ਚੋਲਸਤਾਨੀ ਕ੍ਰਾਸ ਸੀ, ਮਾਸ਼ਾਅੱਲਾ ਪਿੱਛੇ ਵੱਛਾ ਸੀ। ਗਾਏ ਦੋਸਤਾਂ ਦੇ ਸਾਹਮਣੇ 1,70,000 ਮੁੱਲ ਕੀਤਾ ਸੀ ਅਤੇ ਬੜੇ ਹੀ ਪਿਆਰੇ ਦੋਸਤ ਨੇ ਗੁਜਰਾਤ ਤਹਿਸੀਲ ਫਾਲੀਆ ਤੋਂ ਮੁਹੰਮਦ ਇਮਰਾਨ ਸਾਹਿਬ, ਅੱਲਾ ਤਾਲਾ ਉਹਨਾਂ ਦੇ ਨਸੀਬ ਕਰੇ, ਪੀਣਾ ਨਸੀਬ ਕਰੇ। ਹੁਣ ਜਨਾਬ ਲੋਡ ਕਰਕੇ ਅਤੇ ਭੇਜਣ ਲੱਗਿਆ ਉਹਨਾਂ ਦੇ ਘਰ। ਖੋਲੋ ਜੀ, ਖੋਲੋ, ਮਾਸ਼ਾਅੱਲਾ ਜੀ। ਦੋਸਤਾਂ ਨੂੰ ਦੱਸੀਦਾ, ਮੇਰਾ ਐਨੀਮਲ ਟੀ ਵੀ ਵਾਹਦ ਪੰਜਾਬ ਦਾ ਚੈਨਲ ਹੈ ਜਿਹੜਾ ਦੋਸਤਾਂ ਵੀਰਾਂ ਨੂੰ ਘਰ ਬੈਠਿਆਂ ਸਾਫ਼ ਸੁਥਰੇ, ਸੁੱਚੇ ਅਤੇ ਖਰੇ ਜਾਨਵਰ ਦਿੰਦਾ। ਬਾਕੀ ਦੋਸਤਾਂ ਨੂੰ ਦੱਸੀਏ, ਸੋਨਾ ਲੈਣਾ ਅਤੇ ਮੇਰਾ ਐਨੀਮਲ ਟੀ ਵੀ ਤੋਂ ਲੈਣਾ, ਪਿੱਤਲ ਲੈਣਾ ਅਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀ ਵੀ ਦੀ ਆਵਾਜ਼ ਹੈ। ਅਤੇ ਦੂਸਰਾ ਜਨਾਬ, ਲੱਖਾਂ ਵਾਲਾ ਜਾਨਵਰ ਲੈਣ ਦੀ ਕੋਈ ਲੋੜ ਨਹੀਂ, ਮੇਰਾ ਐਨੀਮਲ ਟੀ ਵੀ ਤੋਂ ਹਜ਼ਾਰਾਂ ਵਾਲਾ ਜਾਨਵਰ ਲਓ ਅਤੇ ਅੱਲਾ ਦੇ ਫਜ਼ਲ ਦੇ ਨਾਲ ਲੱਖਾਂ ਵਾਲੇ ਦਾ ਮੁਕਾਬਲਾ ਕਰੇਗਾ। ਖੋਲੋ ਜੀ, ਖੋਲੋ ਭਾਈ ਜਾਨ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹ ਅਸਲ ਗੰਢ ਪਿੱਛ ਗਈ ਹੈ ਨਾ, ਕੋਈ ਗੱਲ ਨਹੀਂ। ਬਾਕੀ ਦੋਸਤਾਂ ਨੂੰ ਪਤਾ, ਮੇਰਾ ਐਨੀਮਲ ਟੀ ਵੀ ਸਾਫ਼ ਸੁਥਰਾ, ਸੁੱਚਾ ਅਤੇ ਖਰਾ ਕੰਮ ਕਰਦਾ ਅਤੇ ਅੱਲਾ ਦੇ ਫਜ਼ਲ ਦੇ ਨਾਲ ਕਦੇ ਵੀ ਸਾਡੇ ਕੰਮ ਦੇ ਵਿੱਚ ਦੋ ਗੱਲਾਂ ਨਹੀਂ ਹੋਈਆਂ, ਗੱਲ ਇੱਕ ਹੀ ਹੁੰਦੀ ਹੈ। ਇਹ ਜਨਾਬ ਪਿੱਛੇ ਵੱਛਾ
ਤੇ ਗਾਏ ਜਾ ਰਹੀ ਹੈ ਚੋਲਸਤਾ ਨਿਕਰਾਸ, ਮੱਝ ਜਾ ਰਹੀ ਹੈ ਲਈ ਭਾਈ ਇਮਰਾਨ ਨੇ ਗਾਏ ਪਰ ਮੱਝ ਲੈ ਕੇ ਜਾ ਰਿਹਾ ਅੱਲਾ ਦੇ ਫਜ਼ਲ ਦੇ ਨਾਲ, ਕਿਉਂਕਿ ਗਾਏ ਦੇ ਕੋਲ ਲਬਾਸਵਾਨਾ ਮੱਝ ਵਾਲਾ ਦੁੱਧ, ਮੱਝ ਵਾਲਾ ਸਫੈਦ ਦੁੱਧ ਦੀ ਮਾਲਕ। ਕਰ ਦਿਓ ਜਲਦੀ ਲੋਡ ਕਰ ਦਿਓ, ਗਾਂ ਸਿੱਧੀ ਕਰ ਜਾ ਚਲਾਓ। ਮਾਸ਼ਾਅੱਲਾ ਜੀ, ਭਾਈ ਇਮਰਾਨ ਗਾਏ ਲੋਡ ਹੋ ਗਈ ਹੈ, ਨਸੀਬ ਕਰੇ। ਬੱਚਾ ਸਾਈਡ ਤੇ ਬੰਨੀ, ਗਾਏ ਵੀ ਸਾਈਡ ਤੇ ਬੰਨੀ, ਡਾਲਾ ਨੰਬਰ ਦਿਖਾ ਦਿੰਦੇ ਆ। ਇਹ ਜਨਾਬ ਡਰਾਈਵਰ ਸਾਹਿਬ ਨੇ, ਇਹ ਜਨਾਬ ਡਾਲਾ ਨੰਬਰ ਹੈ LES 1935। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਫਿਰ ਮਿਲਾਂਗੇ ਇੱਕ ਅੱਛੀ ਵੀਡੀਓ, ਅੱਛੀ ਗਾਇਦ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।